ਰਾਏਗੜ੍ਹ ਨਾਲ ਸਾਰੇ ਇਲਾਕੇ ਵਿੱਚ ਬੜੀ ਅਫਸੋਸ ਦੀ ਲਹਿਰ ਫੈਲੀ ਹੋਈ ਹੈ ਅਤੇ ਇਸ ਬਹੁਤ ਜ਼ਿਆਦਾ ਦੁੱਖ ਹੈ ਸਾਰੇ ਲੋਕਾਂ ਨੂੰ ਸੁਣ ਕੇ ਹਰੇਕ ਨੂੰ ਇਹਨਾਂ ਦਾ ਵੀ ਸਾਰੇ ਪਰਿਵਾਰ ਨਾਲ ਬਹੁਤ ਜ਼ਿਆਦਾ ਹੀ ਵੱਡਾ ਹਾਦਸਾ ਹੋ ਗਿਆ ਘਟਨਾ ਸਰ ਅਸੀਂ ਵੀ ਇੱਥੇ ਬੈਠੇ ਹਾਂ ਤੁਸੀਂ ਇੱਥੋਂ ਵੇਖਿਆ ਅੰਕੇ ਵੀ ਦੌੜੇ ਜਾਂਦੇ ਪਤਾ ਨਹੀਂ ਕੀ ਹੋਇਆ ਜਦੋਂ ਪਤਾ ਲੱਗਾ ਵੀ ਇਹ ਦੋਵੇਂ ਬੱਚੇ ਜਿਹੜੇ ਆ ਕਰੰਟ ਦੇ ਲਪੇਟ 'ਚ ਆ ਗਏ ਜਦੋਂ ਅਸੀਂ ਮੌਕੇ 'ਤੇ ਪੁੱਜੇ ਹਾਂ ਤਾਂ ਉੱਥੇ ਇਹਨਾਂ ਦੀ ਮੌਕੇ 'ਤੇ ਮੌਤ ਹੋ ਚੁੱਕੀ ਹੈ ਅਤੇ ਬਾਅਦ 'ਚ ਅਸੀਂ ਬਥੇਰੀ ਕੋਸ਼ਿਸ਼ ਕੀਤੀ ਮਿੱਟੀ ਮੁੱਟੀ 'ਚ ਨੱਪ ਕੇ ਹੋਰ ਵੀ ਇਹਨੂੰ ਐਂਬੂਲੈਂਸ 'ਚ ਵੀ ਖੜਿਆ ਅਸੀਂ ਫਤਿਹਗੜ੍ਹ ਤੱਕ ਪਰ ਨਹੀਂ ਉਹਨਾਂ ਨੇ ਇਹਨਾਂ ਨੂੰ ਮ੍ਰਿਤ ਕਰਾਰ ਦਿੱਤਾ ਉਹਨਾਂ ਸਕੇ ਭਰਾ ਨੂੰ ਕੁੜੀ ਉਮਰ 8 ਸਾਲ ਸੀ ਇੱਕ ਵੀ 10 ਸਾਲ ਅਤੇ ਬਹੁਤ ਇੱਕ ਸ਼ਰੀਫ ਪਰਿਵਾਰ ਅਤੇ ਮਿਹਨਤੀ ਪਰਿਵਾਰ ਸੀ ਅਤੇ ਬਹੁਤ ਜ਼ਿਆਦਾ ਇਹਨਾਂ ਨੂੰ ਧੱਕਾ ਹੋਇਆ ਮੇਰੇ ਧੀ ਲੱਗ ਗਏ ਦੋਵੇਂ ਸਾਰੇ ਮੇਰਾ ਫਾਦਰ ਹੈ ਇਹ ਨਾ ਗਏ ਮੋਟਰਸਾਈਕਲ ਇਹ ਤੇ ਪਿਆਲੀ ਗਾਉਣ ਗਏ ਇਕੱਠੇ ਬਹਿ ਕੇ ਅਤੇ ਉਹ ਇਹਨਾਂ ਨੇ ਕਿਹਾ ਵੀ ਜਾ ਕੇ ਤੁਸੀਂ ਘਰ ਚਲ ਜਾਓ ਪਾਣੀ ਪੂਣੀ ਧੁੱਪ ਲੱਗੀ ਹੈ ਚਲ ਜਾਓ ਘਰ ਪਾਣੀ ਪੂਣੀ ਪੀਓ ਉਹ ਘਰ ਨੂੰ ਨਹੀਂ ਆਏ ਜੋ ਭਾਈ ਮੋਟਰ ਨਹੀਂ ਚੁੱਕੇ ਅਤੇ ਉੱਥੇ ਇੱਕ ਪਹਿਲਾਂ ਕਰੰਟ ਲੱਗਾ ਅਤੇ ਇਹਨਾਂ ਨੂੰ ਕਿਹਾ ਪਤਾ ਸੀ ਬੱਚਿਆਂ ਨੂੰ ਉਸ ਡਾਊਨ ਲੱਗੇ ਅਤੇ ਦੂਜਾ ਵੀ ਨਾਲ ਹੀ ਕਿੰਨੀ ਉਮਰ ਇੱਕ 8 ਤੱਕ ਤਾਂ ਮੌਕੇ 'ਤੇ ਹੋ ਗਈ ਜੀ ਇਹਨਾਂ ਨੂੰ ਪਤਾ ਹੀ ਬਾਅਦ 'ਚ ਲੱਗਾ ਨਹੀਂ ਦੋਵੇਂ ਭਰਾ ਨੇ ਬਰਦਰ ਜੀ ਹਾਂਜੀ ਬਾਹਰ ਨੇ ਉਹ ਮਸਕਟ 'ਚ ਨੇ ਉਹ ਨਹੀਂ ਉਹਨਾਂ ਰਾਤ ਨੂੰ ਆਉਣਗੇ ਤੁਹਾਡੇ ਵੱਲੋਂ ਕੋਈ ਕਾਰਵਾਈ ਕਰਵਾਈ ਗਈ ਕਾਰਵਾਈ ਹੋਈ ਜੀ